ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਭ ਦਾ ਸਾਡੇ ਚੈਨਲ ਉੱਤੇ ਸਵਾਗਤ ਹੈ ਜੀ। ਅੱਜ ਦੀ ਵੀਡੀਓ ਵਿੱਚ ਅਸੀਂ ਬਹੁਤ ਹੀ ਸੌਖੀ ਤਰਜ ਵਿੱਚ ਸ਼ਬਦ ਕਰਨ ਜਾ ਰਹੇ ਹਾਂ ਜੀ। ਇਹ ਸ਼ਬਦ ਆਸਾ ਦੀ ਵਾਰ ਦੇ ਦੂਜੇ ਛੰਦ ਵਿੱਚ ਦਰਜ ਹੈ, ਸਲੋਕ ਮਹਲਾ ਪਹਿਲਾ। ਸ਼ਬਦ ਦੀ ਸਥਾਈ ਹੈ, ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। ਸਕੇਲ ਹੈ ਪੰਜਵਾਂ ਕਾਲਾ, ਕੋਡ ਹੈ ਰੇ ਮਾਂ ਅਤੇ ਧਾ। ਕਹਿਰਵਾ ਤਾਲ ਵਿੱਚ ਇਹ ਸ਼ਬਦ ਹੈ, ਬਹੁਤ ਹੀ ਪਿਆਰਾ ਸ਼ਬਦ ਹੈ ਜੀ। ਆਓ ਆਪਾਂ ਅੱਜ ਇਹ ਸ਼ਬਦ ਕਰਦੇ ਹਾਂ। ਸਭ ਤੋਂ ਪਹਿਲਾਂ ਇਹ ਸ਼ਬਦ ਸੁਣ ਲਓ, ਫਿਰ ਆਪਾਂ ਇਸ ਸ਼ਬਦ ਨੂੰ ਥੋੜ੍ਹਾ ਸਲੋ ਕਰਕੇ ਸਿੱਖਦੇ ਹਾਂ ਜੀ। ਧਿਆਨ ਨਾਲ ਸੁਣੋ ਜੀ। ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। ਜੋ ਮਰ ਜਮੇ ਸੋ ਕੱਚ
ਜਨੀ ਕੱਜ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਸੋ ਇਸ ਤਰ੍ਹਾਂ ਹੀ ਸ਼ਬਦ ਹੋਣਾ ਹੈ ਜੀ ਆਓ ਆਪਾਂ ਇਸ ਸ਼ਬਦ ਨੂੰ ਥੋੜ੍ਹਾ ਸਲੋਕ ਕਰਕੇ ਸਿੱਖਦੇ ਹਾਂ ਕਹਿਣ ਨਾਲ ਦੇਖੋ ਜੀ ਸ਼ਬਦ ਦਾ ਸਕੇਲ ਹੈ ਪੰਜਵਾਂ ਕਾਲ ਕੋਰ ਹੈ ਰੇ ਮਾ ਖਾ ਕਹਿਰਵਾ ਤਾਲ ਵਿੱਚ ਇਹ ਸ਼ਬਦ ਹੈ ਸਥਾਈ ਸੁਣੋ ਧਿਆਨ ਨਾਲ ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਬਹੁਤ ਹੀ ਆਸਾਨ ਸ਼ਬਦ ਹੈ ਜੀ ਬਹੁਤ ਹੀ ਸੁਖਦ ਵਿੱਚ ਇਹ ਸ਼ਬਦ ਹੈ ਰੋਟੇਸ਼ਨ ਹੈ ਰੇ ਰੇ ਗਾ ਗਾ ਮਾ ਮਾ ਗਾ ਗਾ ਰੇ ਰੇ ਗਾ ਗਾ ਮਾ 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 ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਸਰਗਮ ਹੈ ਧਾ ਧਾ ਪਾ ਪਾ ਮਾ ਮਾ ਗਾ ਗਾ ਪਾ ਮਾ ਗਾ ਗਾ ਰੇ 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 ਧਾ ਧਾ ਪਾ ਪਾ ਮਾ ਮਾ ਗਾ ਗਾ ਪਾ ਮਾ ਗਾ ਗਾ ਰੇ 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 ਆਖਰੀ ਵਿੱਚ ਰੇ ਸੋ ਚਾਰ ਵਾਰ ਹੈ ਕਿੱਥੇ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਇਸ ਥਾਈ ਜੀ ਅਦਰ ਦੇਖੋ ਧਿਆਨ ਨਾਲ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਨਾ ਕਰਦੇ ਹਾਂ ਸਰਗਮ ਹੈ ਧਾ ਧਾ ਨੀ ਨੀ ਸਾ 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 ਰੇ ਸਾ ਨੀ ਧਾ ਨੀ ਨੀ ਧਾ ਪਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਧਾ ਧਾ ਨੀ ਨੀ ਸਾ 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 ਰੇ ਸਾ ਨੀ ਧਾ ਨੀ ਨੀ ਧਾ ਪਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸਰਗਮ ਹੈ ਪਾ ਪਾ ਧਾ ਧਾ ਨੀ 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 ਸੋ ਚਾਰ ਵਾਰ ਹੈ ਰੇ ਸਾ ਨੀ ਨੀ ਧਾ 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 ਫਿਰ ਆਖਰੀ ਵਿੱਚ ਧਾ ਸੋ ਚਾਰ ਵਾਰ ਹੈ ਜੀ ਇੱਥੇ ਆਉਣਾ ਹੈ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਹੁਣ ਪਸਾਈ ਵੱਲ ਕਿਵੇਂ ਆਣਾ ਹੈ ਸੱਚੇ ਤੇਰੇ ਲੋ ਸੱਚੇ ਆਕਾਰ ਸਰਗਮ ਹੈ ਧਾ ਧਾ ਪਾ ਪਾ ਮਾ ਮਾ ਗਾ ਗਾ ਪਾ ਮਾ ਗਾ ਗਾ ਰੇ 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 ਸੱਚੇ ਤੇਰੇ ਲੋ ਸੱਚੇ ਆਕਾਰ ਨਾਲ ਸਹੀ ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਸੋ ਇਸ ਤਰ੍ਹਾਂ ਇਹ ਸ਼ਬਦ ਹੋਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।